ਕਿਸਾਨ ਅੰਦੋਲਨ ਦੇ ਵਿੱਚ ਕੀ ਕੁਝ ਖਾਸ ਰਿਹਾ ਔਰ ਜਾਣਦੇ ਆ ਸੁਰਜੀਤ ਸਿੰਘ ਫੂਲ ਤੋਂ ਕਿ ਅਗਲਾ ਰਣਨੀਤੀ ਕੀ ਹੈ? ਸੁਰਜੀਤ ਸਿੰਘ ਜੀ, ਅਗਲੀ ਰਣਨੀਤੀ ਕੀ ਤੈਅ ਕੀਤੀ ਜਾਣੀ ਜੇਕਰ ਮੀਟਿੰਗ ਦਾ ਕੋਈ ਹੱਲ ਨਹੀਂ ਨਿਕਲਦਾ? ਦੇਖੋ ਜੀ, ਪਹਿਲੀ ਗੱਲ ਤਾਂ ਅੱਜ ਮੀਟਿੰਗ ਹੋ ਰਹੀ ਹੈ ਸ਼ਾਮ ਨੂੰ, ਅਤੇ ਸਾਡੇ ਹਿਸਾਬ ਨਾਲ ਇਹ ਜਿਹੜੀ ਮੀਟਿੰਗ ਹੈ ਇਹ ਫੈਸਲਾ ਕੌਣ ਹੋਊਗੀ, ਕਿਉਂਕਿ ਇਹਦੇ ਵਿੱਚ ਉਹ ਕਹਿ ਕੇ ਗਏ ਨੇ ਵੀ ਅਸੀਂ ਕੋਈ ਫਰੇਮਵਰਕ ਜਿਹੜਾ ਉਹਦਾ ਕਰਕੇ ਲੈ ਕੇ ਆਵਾਂਗੇ, ਜਿਹੜੀਆਂ ਬੇਸਿਕ ਮੰਗਾਂ 'ਤੇ ਗਰਾਰੀ ਫਸੀ ਹੋਈ ਹੈ। ਬੇਸਿਕ ਮੰਗਾਂ 'ਤੇ ਤੁਹਾਨੂੰ ਪਤਾ ਹੀ ਆ ਵੀ ਜਿਹੜੀਆਂ ਆਪਣੀਆਂ MSP ਦਾ ਲੀਗਲ ਗਲਾ ਉਹਨੂੰ ਕਾਨੂੰਨੀ ਗਰੰਟੀ ਕਰਨ ਵਾਲਾ, ਸਵਾਮੀਨਾਥਨ ਦੀ ਸਿਫਾਰਿਸ਼ ਮੁਤਾਬਕ MSP ਤੈਅ ਕਰਨ ਵਾਲਾ ਅਤੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਕਤੀ ਕਰਨ ਵਾਲਾ, ਇਹ ਬੇਸਿਕ ਹੈ। ਇਹਨਾਂ ਨੂੰ ਅਸੀਂ ਇਹਨਾਂ ਨੂੰ ਕਹਿਤਾ ਹੈ, ਐਲਾਨ ਵੀ ਕੀਤਾ ਹੋਇਆ ਸਾਡਾ, ਅਸੀਂ ਪ੍ਰੈਸ 'ਚ ਵੀ ਕਹਿ ਦਿੰਦੇ ਹਾਂ ਵੀ ਹੋਰ ਕੋਈ ਛੋਟੀ ਮੰਗ ਹੈ ਜਿਹਨੇ ਮੰਨ ਵੀ ਰਹੇ 6 ਮੰਗਾਂ ਵੀ ਉਹਨਾਂ 'ਚੋਂ ਘਟਾਂਗਾ ਜਾ ਸਕਦੀਆਂ, ਵੀ ਜਿਵੇਂ ਉਹ ਕਹਿੰਦੇ ਵੀ ਥਾਂ ਦੇ ਦਿਆਂਗੇ ਤੁਹਾਨੂੰ ਯਾਦਗਾਰ ਬਣਾਉਣ ਦੀ ਖਾਤਰ, ਨਾ ਦੇਣ ਹਜੇ 6 ਮਹੀਨੇ ਸਾਲ ਨਾ ਦੇਣ, ਉਹ ਮੰਗ ਛੱਡੀ ਜਾ ਸਕਦੀ ਹੈ। ਪਰ ਜਿਹੜੀਆਂ ਇਹ ਬੇਸਿਕ ਮੰਗਾਂ ਹੈਗੀਆਂ ਨੇ, MSP ਵਾਲੀ ਹੈ, ਸਵਾਮੀਨਾਥਨ ਵਾਲੀ ਹੈ, ਕਰਜ਼ਾ ਮੁਕਤੀ ਵਾਲੀ ਹੈਗੀ ਹੈ, ਇਹਨਾਂ ਨੂੰ ਛੱਡ ਕੇ ਕੋਈ ਕੰਪਰੋਮਾਈਜ਼ ਨਹੀਂ ਹੋਊਗਾ। ਉਹ ਕਹਿ ਰਹੇ ਵੀ ਜੇਕਰ MSP ਲਾਗੂ ਹੁੰਦੀ ਹੈ ਤਾਂ ਆਰਥਿਕ ਬੋਝ ਵਧੂਗਾ ਬਜਟ ਦੇ ਉੱਤੇ, ਕੇਂਦਰ ਸਰਕਾਰ 'ਤੇ ਭਾਰ ਪਊਗਾ ਵੀ ਇਹ ਫਸਲਾਂ ਦੀ ਜਿਹੜਾ ਰਕਮ ਹੈ ਉਹ ਵਧਾਈ ਜਾਣੀ ਹੈ, ਤਾਂ ਤੁਸੀਂ ਕਿਵੇਂ ਦੇਖਦੇ ਹੋ ਸਭ ਨੂੰ? ਤੁਸੀਂ ਅਸੀਂ ਬਹੁਤ ਵਾਰੀ ਕਿਹਾ, ਤੁਸੀਂ ਵੀ ਪੁੱਛੋ ਉਹਨਾਂ ਨੂੰ ਵੀ ਕਿੰਨਾ ਬੋਝ ਪੈਂਦਾ ਜੇ ਸਾਰੀਆਂ 23 ਫਸਲਾਂ ਦੀ ਇਹ MSP ਦਿੰਦੇ ਆ ਨਾ। ਅਸੀਂ ਬਕਾਇਦਾ ਕੈਲਕੂਲੇਟ ਕੀਤਾ, ਆਰਥਿਕ ਮਾਹਰਾਂ ਨੇ ਵੀ ਕੈਲਕੂਲੇਟ ਕੀਤਾ ਵੀ ਕਿੰਨੇ ਪੈਸੇ ਦੀ ਬਜਟ ਦੀ ਲੋੜ ਹੈ, ਇਹ ਇਹਨਾਂ ਦੇ ਮੇਜ਼ 'ਤੇ ਪਿਆ, ਰੱਦ ਨਹੀਂ ਕਰ ਸਕੇ। ਇਹਨਾਂ ਨੇ ਕਿਹਾ ਸੀ 16 ਲੱਖ ਕਰੋੜ ਦੀ ਹੈਗੀ ਹੈ ਅਮਾਊਂਟ ਦੀ ਲੋੜ ਪੈਂਦੀ ਹੈ, ਵੀ ਇੰਨਾ ਜਿਹੜਾ ਬਜਟ ਦਾ ਅਰੇਂਜ ਕਰਨਾ ਨਹੀਂ ਹੋ ਸਕਦਾ 16 ਲੱਖ ਦਾ। ਪਰ ਅਸੀਂ ਉਹ 23 ਫਸਲਾਂ ਦੀ ਕੁੱਲ ਕਿੰਨੀ ਪੈਦਾਵਾਰ ਹੁੰਦੀ ਹੈ ਸਾਲ 'ਚ ਆਪਣੇ ਕੋਲ ਪਿਛਲੀਆਂ ਝਾੜ ਚੱਕ ਕੇ ਉਹਨਾਂ ਦਾ, ਜੇ ਹੋਣ ਵਾਲਾ MSP ਦਾ ਰੇਟ ਦੇਣਾ ਹੋਵੇ ਉਹਨੂੰ ਗੁਣਾ ਕਰਕੇ ਕਿੰਨਾ ਪੈਸਾ ਬਣਦਾ, ਉਹ 16 ਲੱਖ ਵਾਲਾ ਅੰਕੜੇ ਗਲਤ ਹੈ, ਉਹ ਬਣਦਾ 9 ਲੱਖ, 9 ਲੱਖ ਕਰੋੜ ਦਾ ਹੈਗਾ। ਉਦੋਂ ਗਾਹ ਅਸੀਂ ਇਹ ਘਟਾਇਆ ਵੀ 9 ਲੱਖ ਤੋਂ ਵੀ ਘੱਟ ਜਾਂਦਾ, 7.5 ਲੱਖ ਬਣ ਜਾਂਦਾ ਜੇ ਉਹਦੇ ਵਿੱਚੋਂ, ਕਿਉਂਕਿ ਹੁਣ ਜਿੰਨੀ ਕਣਕ ਪੈਦਾ ਕਰਦੇ ਹਾਂ ਆਪਾਂ ਸਾਰੀ ਤਾਂ ਮੰਡੀ ਲੈ ਕੇ ਨਹੀਂ ਜਾਂਦੇ, ਉਹ ਆਪਾਂ ਤਾਂ ਟੋਟਲ ਝਾੜ ਦਾ ਆਪਾਂ ਝਾੜ ਕਿੰਨਾ ਹੋਇਆ ਉਹਦੇ ਹਿਸਾਬ ਨਾਲ ਗੁਣਾ ਕਰ ਲਿਆ, ਜੇ ਉਹਨੂੰ ਕੱਢਦੇ ਹੋ ਤੁਸੀਂ ਜਿਹੜੀ ਘਰੇ ਰੱਖਦੇ ਹੋ ਤਾਂ ਉਹ ਘੱਟ ਕੇ ਹੋਰ ਵੀ 7.5 ਲੱਖ ਕਰੋੜ ਤੱਕ ਬਣ ਜਾਂਦਾ। ਉਹ ਗਾਹ ਫਿਰ 2 ਫਸਲਾਂ ਨੇ, ਪਹਿਲਾਂ 7.5 ਲੱਖ ਕਰੋੜ ਹੈ ਸਾਰੀਆਂ ਫਸਲਾਂ ਨੇ, ਉਹ ਸਾਰੀਆਂ ਫਸਲਾਂ ਇੱਕੇ ਵਾਰੀ ਤਾਂ ਆਉਂਦੀਆਂ ਨਹੀਂ, 1-6 ਮਹੀਨੇ ਪਹਿਲਾਂ ਆਉਂਦੀਆਂ ਨੇ, 1-6 ਮਹੀਨੇ ਬਾਅਦ ਆਉਂਦੀਆਂ ਨੇ। ਕਹਿਣ ਦਾ ਭਾਵ 7.5 ਨੂੰ 8 ਲੱਖ ਹੀ ਮੰਨ ਲਓ, 4 ਲੱਖ ਕਰੋੜ ਦੀ ਇਹਨਾਂ ਨੂੰ ਇੱਕ ਵਾਰੀ ਲੋੜ ਹੈ, ਉਦੋਂ ਬਾਅਦ ਤਾਂ ਫਿਰ ਉਹ ਸਰਕਲ ਬਣ ਜਾਊਗਾ, ਉਹ ਵਿਕੂਗੀ ਵੀ ਉਸੇ ਪੈਸੇ ਨਾਲ ਵਿਕੂਣਾ ਦੁਬਾਰੀ ਕਰ ਸਕਦੇ। ਪਰ ਦੂਜੇ ਪਾਸੇ ਇਹਨਾਂ ਨੇ ਇਹ ਵੀ ਅੰਕੜਾ ਇੱਕ ਵੀ 5 ਸਾਲਾਂ ਦੇ ਵਿੱਚ ਜਿਹੜਾ ਵੱਡੇ ਕਾਰਪੋਰੇਟ ਘਰਾਣਿਆਂ ਦਾ 10 ਲੱਖ ਕਰੋੜ ਇਹਨਾਂ ਨੇ ਵੱਟੇ ਖਾਤੇ 'ਚ ਪਾਤਾ, ਪਾਰਲੀਮੈਂਟ ਦੀ ਇਹ ਜਿਹੜਾ ਇਹ ਸੋ ਹੈਗਾ ਜਿਹੜਾ ਸੋਮਾ ਜੀ ਜਿੱਥੇ ਗਹੀ ਗਈ ਹੈ ਗੱਲ, ਇਹ ਮੰਨਿਆ ਰੱਦ ਵੀ ਨਹੀਂ ਕੀਤਾ ਇਹਨਾਂ ਨੇ ਵੀ ਫਿਰ ਜੇ ਕਾਰਪੋਰੇਟ ਘਰਾਣਿਆਂ ਨੂੰ ਇਹ 10 ਲੱਖ ਕਰੋੜ ਛੱਡ ਸਕਦੇ ਆ ਅਤੇ ਇੱਧਰ ਜੇ 4 ਲੱਖ ਕਰੋੜ ਦਾ ਪ੍ਰਬੰਧ ਕਰ ਲੈਣ ਸਾਰੇ ਫਸਲਾਂ ਦੀ ਕਾਨੂੰਨੀ ਗਰੰਟੀ ਕਰਨ ਦੀ ਖਾਤਰ, ਖਰੀਦਣ ਦੀ ਖਾਤਰ, ਅਤੇ ਉਹ ਤਾਂ ਉਹਦੇ ਮੁਕਾਬਲੇ ਬਹੁਤ ਲਗਭਗ ਅੱਧ ਤੋਂ ਵੀ ਘੱਟ ਹੈ ਉਹ। ਸੋ ਇਸ ਕਰਕੇ ਇਹ ਜਿਹੜੀਆਂ ਐਵੇਂ ਇਹਨਾਂ ਦਾ ਇਹ, ਕਿਉਂਕਿ ਮੀਡੀਆ ਉਹਨਾਂ ਕੋਲ ਹੈਗਾ, ਸਾਰਿਆਂ ਨੂੰ ਨੌਲੇਜ ਵੀ ਨਹੀਂ ਹੁੰਦੀ। ਇਹ ਹੁਣ ਤੁਸੀਂ ਇਹ ਵੇਖੋ, ਇੱਕ ਪਾਸੇ 4 ਲੱਖ ਕਰੋੜ ਜਿਹੜੀ ਦੀ ਗਾਹ ਕਮਾਈ ਫੇਰ ਹੋ ਜਾਣੀ ਆ, ਇੱਕ ਪਾਸੇ ਤੁਸੀਂ 10 ਲੱਖ ਕਰੋੜ 5 ਲੱਖਾਂ 'ਚ ਉਹੀ ਛੱਡਤਾ ਉਹ। ਸੋ ਇਸ ਕਰਕੇ ਕੋਈ ਵਿੱਤੀ ਬੋਝ ਦੀ ਗੱਲ ਨਹੀਂ, ਅਸਲ ਵਿੱਚ ਜਿਹੜੀ ਸਰਕਾਰ ਹੈ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਹੈ। ਕਿਸਾਨ ਆ, ਮਜ਼ਦੂਰ ਆ, ਜਾਂ ਹੋਰ ਜਿਹੜੇ ਵਰਕਿੰਗ ਜਿਹੜੇ ਕਾਰੋਬਾਰੀ ਲੋਕ ਹੈ ਉਹਨਾਂ ਦਾ ਉਹ ਇਹਨਾਂ ਲਈ ਸਿਰਫ ਵੋਟਾਂ ਨੇ, ਹੋਰ ਉਹਨਾਂ ਦੀ ਜ਼ਿੰਦਗੀ ਕੀ ਆ, ਉਹਨਾਂ ਦੀ ਸਮੱਸਿਆਵਾਂ ਕੀ ਹੈ, ਉਹਨਾਂ ਨੇ ਪੁਲਿਸ ਫੌਜ ਬਣਾਈ ਹੋਈ ਆ, ਉਹਨਾਂ ਨੂੰ ਹੈਗਾ ਵੀ ਇਹਨੂੰ ਤਾਂ ਦੱਬ ਕੇ ਰੱਖਣਾ, ਜਿਹੜਾ ਸਾਰਾ ਲਾਭ ਦੇਣਾ ਉਹਨਾਂ ਨੂੰ, ਇਹ ਨੀਤੀ ਹੈ ਇਹਨਾਂ ਦੀ।
ਲਗਭਗ 3 ਮਹੀਨੇ ਪਹਿਲਾਂ ਐਲਾਨ ਕਰਤਾ ਸੀ ਵੀ ਅਸੀਂ ਦਿੱਲੀ ਜਾਣਾ 13 ਫਰਵਰੀ ਨੂੰ, ਪਰ ਬਾਕੀ ਜਥੇਬੰਦੀਆਂ ਜਿਹੜੀਆਂ ਉਹਨਾਂ ਨਾਲ ਕੋਈ ਗੱਲਬਾਤ ਹੋਈ ਨਹੀਂ, ਮੀਟਿੰਗ ਚੱਲੀਆਂ ਸੀ, ਕੀ ਕਹਿਣਾ ਸੀ ਉਹਨਾਂ ਦਾ ਜਿਵੇਂ SKM ਦੀ ਹੋ ਗਈ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਨਹੀਂ ਪਹੁੰਚ ਸਕੀਆਂ ਇੱਥੇ? ਅਸੀਂ SKM ਵਾਲੀਆਂ ਜਥੇਬੰਦੀਆਂ ਨੇ ਵੀ ਮੀਟਿੰਗਾਂ ਕੀਤੀਆਂ, 3 ਮੀਟਿੰਗਾਂ ਫਗਵਾੜੇ, ਉਹਦੇ ਵਿੱਚ ਆਹ ਮਨਜੀਤ ਰਾਏ ਗਵਾਹ ਹੈਗਾ, ਪੁੱਛ ਲਓ ਭਾਵੇਂ ਤੁਸੀਂ ਉਹ ਹੁਣ ਚੱਲ ਉਧਰੋਂ ਛੱਡ ਕੇ ਇਸੇ ਗੱਲ ਕਰਕੇ ਵੀ ਯਾਰ ਆਪਾਂ ਇਹਨਾਂ ਨੂੰ ਨਾ ਤਾਂ ਇਹਨਾਂ ਨੂੰ 2 ਮਹੀਨੇ ਲਮਕਾਈ ਗਏ, ਅਸੀਂ ਤਾਂ ਨਵੰਬਰ ਦੇ ਲੱਗੇ ਹੋਏ ਹਾਂ, ਨਵੰਬਰ ਤੋਂ ਬਾਅਦ ਜਨਵਰੀ ਆ ਗਿਆ ਵੀ 2 ਮਹੀਨੇ ਆਪਾਂ ਲਮਕਾਈ ਵੀ ਗਏ ਆ, ਹੁਣ ਆਪਾਂ ਤੁਰਦੇ ਵੀ ਨੇ, ਉਹ ਛੱਡ ਕੇ ਆ ਗਿਆ ਇੱਧਰ। ਇਸ ਕਰਕੇ ਅਸੀਂ ਯਤਨ ਕੀਤੇ, ਅਗਰਾਹਾਂ ਵਾਲੀ ਜਥੇਬੰਦੀ ਨਾਲ ਵੀ ਯਤਨ ਕੀਤੇ, ਉਹ ਆਹੀ ਕਹਿੰਦੇ ਰਹੇ ਆ ਵੀ ਹਜੇ ਉਹੋ ਜਿਹਾ ਮਾਹੌਲ ਜਿਹੜਾ ਜਦੋਂ ਆਪਾਂ 2020 'ਚ ਦਿੱਲੀ ਗਏ ਹਾਂ ਉਹੋ ਜਿਹਾ ਮਾਹੌਲ ਨਹੀਂ, ਜੇ ਹੁਣ ਆਪਾਂ ਦਿੱਲੀ ਕੂਚ ਦਾ ਪ੍ਰੋਗਰਾਮ ਦੇਵਾਂਗੇ ਜਿਵੇਂ ਉਦੋਂ ਲੋਕ ਗਏ ਹੈ ਟਰਾਲੀਆਂ ਭਰ ਕੇ, ਹੁਣ ਨਹੀਂ ਜਾਣੇ। ਇਸ ਕਰਕੇ ਪਹਿਲਾਂ ਆਪਾਂ ਨੂੰ ਇੱਥੇ ਲੋਕਲ ਲੈਵਲ 'ਤੇ, ਸਥਾਨਕ ਲੈਵਲ 'ਤੇ, ਸਟੇਟ ਲੈਵਲ 'ਤੇ ਆਪਾਂ ਨੂੰ ਛੋਟੇ ਛੋਟੇ ਮੋਰਚੇ ਭਖਾ ਕੇ ਫਿਰ ਕਰਨਾ ਚਾਹੀਦਾ। ਅਸੀਂ ਦੂਜੀ ਦਿੱਲੀ ਲਿੱਤੀ ਸੀਗੀ ਵੀ ਤੁਸੀਂ ਸੱਦਾ ਤਾਂ ਦਿਓ, ਚੱਲ ਮੰਨ ਲਓ ਤੁਸੀਂ ਸੱਦਾ ਦਿੰਦੇ ਹੋ ਦਿੱਲੀ ਕੂਚ ਦਾ, ਲੋਕ ਨਹੀਂ ਆਉਂਦੇ, ਸਾਰੀਆਂ ਜਥੇਬੰਦੀਆਂ ਸਾਂਝਾ ਸੱਦਾ ਦੇ ਗਏ, ਫਿਰ ਆਪਾਂ ਉਹਨੂੰ ਵਾਪਸ ਲੈ ਲਾਂਗੇ ਵੀ ਭਾਈ ਲੋਕ ਹਜੇ ਨਹੀਂ ਲੜਨਾ ਚਾਹੁੰਦੇ, ਤੁਹਾਨੂੰ ਕਿੱਥੋਂ ਇਹ ਅੰਤ ਮਤਲਬ ਆਕਾਸ਼ਬਾਣੀ ਹੋ ਗਈ ਵੀ ਲੋਕ ਤੁਰਨਾ ਨਹੀਂ ਚਾਹੁੰਦੇ? ਪਰ ਆਹ ਜਿਹੜਾ ਹੁਣ ਅਸੀਂ ਫਿਰ ਸੱਦਾ ਦਿੱਤਾ ਜਦੋਂ ਨਾ ਮੰਨੇ, ਅਤੇ ਹੁਣ ਲੋਕ ਮਤਲਬ ਵੀ ਆ ਰਹੇ ਨੇ, ਸਾਰਾ ਪੰਜਾਬ ਆ ਰਿਹਾ ਉੱਠ ਕੇ, ਹਰਿਆਣੇ ਦੇ ਵਿੱਚ ਉਹਨਾਂ ਨੇ ਪੂਰੀਆਂ ਰੋਕਾਂ ਲਾਈਆਂ ਹੋਈਆਂ ਫਿਰ ਵੀ ਉਹ ਆ ਰਹੇ ਆ, ਸੋ ਇਸ ਕਰਕੇ ਉਹਨਾਂ ਦੀ ਦਲੀਲ ਤਾਂ ਗਲਤ ਸਾਬਤ ਹੋ ਗਈ ਜਿਹੜੀ ਉਹਨਾਂ ਦੇ ਅਸੈਸਮੈਂਟ ਸੀ ਲੋਕ ਤੁਰਨੇ ਨੇ। ਤੇ ਉਹਦਾ ਸਮਰਥਨ ਕਰ ਰਹੀ ਆ, ਵੱਖ ਵੱਖ ਜਗ੍ਹਾ ਦੇ ਉੱਪਰ ਰੇਲਵੇ ਲਾਈਨਾਂ ਰੋਕ ਰਹੀ ਆ, ਹੋਰ ਪ੍ਰਦਰਸ਼ਨ ਕਰ ਰਹੀ ਆ, ਲੇਕਿਨ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਆ ਵੀ ਕਈ ਲੋਕ ਅਜਿਹਾ ਕਹਿੰਦੇ ਆ ਵੀ ਇਹ 2 ਫਾਰਮ ਜਿਹੜੇ ਨੇ ਹੀਰੋ ਬਣਨ ਦੇ ਖਾਤਰ ਅੱਗੇ ਜਾ ਰਹੇ ਆ, ਇਹ ਹੀਰੋ ਬਣਨਾ ਚਾਹੁੰਦੇ ਆ ਇਸ ਕਰਕੇ ਸਾਡੇ ਤੋਂ ਜਿਹੜਾ ਵੱਖ ਚੱਲ ਰਹੇ ਆ। ਇਕੱਲਾ ਹੀਰੋ ਬਣਨ ਵਾਲਿਆਂ ਨੇ, ਉਹ ਤਾਂ ਇਹ ਵੀ ਕਹਿੰਦੇ ਆ ਵੀ ਸਰਕਾਰ ਨੇ ਇਹ ਆਹ ਜਿਹੜਾ ਦਿੱਲੀ ਕੂਚ ਦਾ ਪ੍ਰੋਗਰਾਮ ਹੈ ਇਹ ਦੋਨੇ ਸਕੈਮਾਂ ਨੂੰ ਇਹ ਸਰਕਾਰ ਨਾਲ ਮਿਲ ਕੇ ਦਿੱਤਾ, ਅਤੇ ਇਹਦਾ ਮਤਲਬ ਸਰਕਾਰ ਨਾਲ ਮਿਲ ਕੇ ਆ ਜਿਹੜੇ ਬੰਦੇ ਉੱਤੇ ਲਗਭਗ 50-60 ਤਾਂ ਇੱਥੇ ਫੱਟੜ ਸੀਰੀਅਸ ਫੱਟੜ ਹੈ, 100 ਦੇ ਲਗਭਗ ਹੈ ਜਿਹੜੇ ਕੈਜੂਅਲਟੀਆਂ ਹੈਗੀਆਂ ਨੇ, ਇੱਥੇ ਕਿੰਨਾ ਬਰੂਦ ਸਿੱਟਿਆ ਸਾਰੇ ਲੀਡਰਾਂ 'ਤੇ ਸਿੱਟਿਆ, ਉਹ ਆਪਣਾ ਧੂੰਆਂ ਸਿੱਟਿਆ, ਪਾਣੀ ਸਿੱਟਿਆ, ਇਹ ਇਹਦਾ ਭਾਵ ਇਹ ਸਾਰਾ ਕੁਛ ਸਰਕਾਰ ਨਾਲ ਰਲ ਕੇ ਹੋ ਰਿਹਾ। ਸੋ ਇਸ ਕਰਕੇ ਵੀ ਜਿਹੜਾ ਹੀਰੋ ਬਣਨ ਦੀ ਖਾਤਰ ਹੈ, ਅਸੀਂ ਤਾਂ ਕਹਿੰਦੇ ਕੋਈ ਹੀਰੋ ਬਣਦੇ ਨਹੀਂ, ਹੁਣ ਉਹ ਇੱਕ ਮਿੰਟ ਉਹ ਆ ਜਾਣ, ਇਹ ਹੀਰੋ ਵਿੱਚ ਸ਼ਾਮਿਲ ਹੋ ਜਾਣ, ਜੇ ਆਈ ਹੀਰੋ ਬਣਨ ਦੀ ਗੱਲ ਸਾਰੇ ਹੀਰੋ ਬਣ ਜਾਣਗੇ ਫਿਰ ਉਹ ਡੀਕ ਕਿਹਨੂੰ ਰਹੇ ਆ ਹੁਣ? ਇਸ ਕਰਕੇ ਕੋਈ ਹੀਰੋ ਵਾਲੀ ਗੱਲ ਨਹੀਂ, ਗੱਲ ਕੁਰਬਾਨੀ ਦੀ ਹੈ, ਲੀਡਰਾਂ ਦਾ ਇਮਤਿਹਾਨ ਹੈ ਵੀ ਜੇ ਹੁਣ ਵੀ ਅਸੀਂ ਆਪਣਾ ਲੁਕੋਈ ਰੱਖਦੇ ਹਾਂ ਕੁਰਬਾਨੀ ਲਈ ਤਿਆਰ ਨਹੀਂ ਹੁੰਦੇ, ਅਤੇ ਦੂਜਾ ਫਿਰ ਇਹ ਸਮਝ ਲਓ ਵੀ ਅਸੀਂ ਆਪਦੇ ਫਰਜ਼ ਤੋਂ ਭੱਜਦੇ ਹਾਂ ਆਪਾਂ। ਧੰਨਵਾਦ ਤਾਂ ਇਹ ਸੁਰਜੀਤ ਸਿੰਘ ਫੂਲ ਹੈ, ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ, ਔਰ ਕੀ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਮੀਟਿੰਗ ਦੇ ਵਿੱਚ ਕੁਛ ਨਿਕਲਦਾ ਤਾਂ ਫਿਰ ਰੁਕਿਆ ਜਾਊਗਾ, ਮੰਗਾਂ ਮੰਨੀਆਂ ਜਾਂਦੀਆਂ ਤਾਂ ਵਾਪਸ ਮੁੜਿਆ ਜਾਊਗਾ, ਨਹੀਂ ਤਾਂ ਦਿੱਲੀ ਕੂਚ ਕੀਤਾ ਜਾਣਾ, ਐਲਾਨ ਪੱਕਾ ਹੈ। ਕੈਮਰਾ ਪਰਸਨ ਸੁਮਿਤ ਨਾਲ ਮਨਜੋਤ ਕਾਂਗ, ਦੈਨਿਕ ਸਵੇਰਾ TV, ਸ਼ੰਭੂ ਬੈਰੀਅਰ।